गुड मॉर्निंग गाइस, की हाल है सारिआं दे? ते आ मुंडा तुसीं जाणदे होंगे कौन है, ए अमन जिहदा विआह होणे थोड़े दिन पहला ते आपदी अड्ड विच अजे तां नहीं दस रहा, अजे तां बुल बणिआ, देखो बुल छपा रखे मैंने, अगली बार तक इहदे पेड़ बणिआ होऊगा। आ पिछे भी बुल बणिआ सी, ए बुल तां बकरी बणिआ होइआ, देखो चुप बैठा हुण, देखो इहदी आवाज घट निकलदी अजकल, पीगी बल्ली बन के बैठा होणे। तू भी ना बोल, जस भी रखे छड़ा टिब्बे बनाता, कोई दिक्कत नहीं, मिट्टी दे टिब्बे दे सज्जे पासे टोपे दे नाड़ो नाड़ भी देखो। सिद्धू मूसे वाला याद करा था भाई, नाड़ो काका काका दा सिद्धू मूसे दे नहीं, असी तो सिद्धू ए छड़ा बंदा, ए कंफ्यूज थोड़ा या, असी पूरे पक्के हो गए हुण, असी हंडे आ, तुसी हंड लेना ता करके, तुसी हंड ले रहे, मैं ठंड ले रहा ता करके। इतना खुश ता हो रहा है क्योंकि भाभी जी गए होए घरों बाहर, ता करके रोला हैगा। देखो जे हुंदी करे हो बड़ा शकीन है, मेनू सिंगर ਅਮਰਤ ਵੀ ਮਿਲਦਾ ਖੇਤਾਂ ਨੂੰ ਜਾਊਗਾ, ਕਹਿੰਦਾ ਸੀ ਮੈਂ ਜ਼ਮੀਨ ਲੈਣੀ ਹੈ ਠੇਕੇ ਤੇ ਨਾ। ਦੇਖੋ ਭਾਈ ਪਤਾ ਨਹੀਂ, ਉਹ ਕੁੜੀਆਂ ਸਾਰੀਆਂ ਭੋਲੀਆਂ ਹੁੰਦੀਆਂ, ਮੁੰਡੇ ਸ਼ੈਤਾਨ ਹੁੰਦੇ ਹੈਗੇ, ਰਾਜਸਥਾਨੀ ਸ਼ੈਤਾਨ ਹੁੰਦੇ ਆ, ਸਪੈਸ਼ਲੀ ਰਾਜਸਥਾਨੀ ਆ, ਗੜਸਾਣਾ ਵਾਲੇ। ਖੇਤ ਵਾਲੀ ਰੋਡ ਪਾ ਲਈਏ ਕੱਚੀ, ਮਤਲਬ ਕੋਈ ਨੀ, ਫਿਰ ਕੀ ਹੋ ਗਿਆ, ਸਾਡੇ ਕਿਹੜਾ ਰੀਲ ਪਾਉਣੀ ਕੈਮਰੇ 'ਚ ਮਾਰੇ, ਜਿਹੜੀ ਖਤਮ ਹੋ ਜੂਗੀ ਤਾਂ ਬਾਜ਼ਾਰ ਜਾਣਾ ਪੈਣਾ। ਬੰਦਾ ਵਿਆਹ ਨਾ ਕਰਾਇਆ, ਮੈਂ ਦੇਖ ਲਿਆ ਹਿਸਾਬ ਲਾ ਲਿਆ, ਹੁਣ ਬੰਦੇ ਦਾ ਦਿਮਾਗ ਦੇਖੋ ਵਾਈਟ ਵਾਸ਼ ਹੁੰਦਾ ਨਾ, ਇਹਦਾ ਪਤਾ ਨਹੀਂ ਕਿਹੜਾ ਹੋਸ਼ ਹੋ ਗਿਆ, ਤਾਰ ਹੈ ਨਹੀਂ ਨਾ, ਨਹੀਂ ਨਹੀਂ ਰਾਹ ਹੀ ਭੁੱਲ ਗਿਆ ਬੰਦਾ, ਤੇ ਹੁਣ ਯੂ ਟਰਨ ਲੈਣਾ ਪੈਣਾ। ਪਤਾ ਹੁਣ ਅਸੀਂ ਸਹੀ ਰਾਹ ਪਏ ਹੈਗੇ ਆ, ਇੰਨਾ ਵਧੀਆ ਰਾਹ ਸੀ, ਅਸੀਂ ਕੱਚੇ ਜਿਹਾ ਵੀ ਧੱਕੇ ਖਾ ਰਹੇ ਸੀ ਪਹਿਲਾਂ, ਬਾਕੀ ਹੁਣ ਜਾਣਕਾਰ ਵੀ ਮਿਲ ਗਏ ਸਿਮਣ ਦੇ, ਤੇ ਹੁਣ ਤਾਂ ਸਾਨੂੰ ਸ਼ੋਰਟੀ ਹੋ ਗਈ ਵਿਆਹ ਹੀ ਰਾਹ, ਹੋਰ ਕੋਈ ਰਾਹ ਹੋ ਹੀ ਨਹੀਂ ਸਕਦਾ। ਮਤਲਬ ਕਹਿਣ ਦਾ ਮਤਲਬ ਇਹ ਬੰਦਾ ਠੋਕਰ ਖਾ ਕੇ ਸਿੱਖਦਾ ਹੈ, ਤਾਂ ਖੱਡੇ ਮਿਲ ਰਹੇ ਸੀ ਉਹਨੂੰ, ਅਮਨ ਨੂੰ ਪਤਾ ਨਹੀਂ ਸੀ ਨਾ ਵੀ ਅੱਗੇ ਪੱਕੀ ਰੋਡ ਬਣੀ, ਬਹੁਤ ਮਾੜਾ ਸੀ ਯਾਰ, ਮਾੜਾ ਕਿਵੇਂ ਸੀ, ਅਸੀਂ ਮਿਲਣ ਦੇਣਾ ਸੀ, ਮਾੜੇ ਹੋ ਗਏ ਫਿਰ ਐਪੀ, ਤੇਰੇ ਕਮਰ ਦਰਦ ਕਿਵੇਂ, ਫਿਰ ਕਮਰ ਦਰਦ ਤੇ ਬੜਾ ਡੈਡੀਕੇਟਡ ਨੂੰ ਹੁਣ ਠੀਕ ਹੈ ਕਿ ਨਾ, ਡੈਡੀਕੇਟ ਤਾਂ ਹੋਣਾ ਪਊਗਾ ਨਾ, ਡੈਡੀਕੇਟ ਹੋਵਾਂਗੇ ਤਾਂ ਹੀ ਹੈ, ਅਸੀਂ ਡੈਡੀਕੇਟ ਨਹੀਂ ਗੇ, ਡੈਡੀਕੇਟ ਹੈ। ਹੁਣ ਪਹਿਲਾ ਸਕੂਲ ਅਮਨ ਕਹਿੰਦਾ ਇੱਥੇ ਸੀਗਾ, ਤੇ ਦਿਖਾਉਂਦਾ ਹੁਣੇ ਹੁਣੇ ਬੈਕ ਕੈਮਰੇ ਤੇ ਸਾਨੂੰ ਦਿਖਾਵਾਂਗੇ ਪਹਿਲਾ ਸਕੂਲ ਕਿਹੜਾ, ਕੱਚੀ ਪਹਿਲੀ ਪੱਕੀ ਪਹਿਲੀ, ਅੱਛਾ ਅੱਛਾ ਕੱਚੀ ਪਹਿਲੀ ਪੱਕੀ ਪਹਿਲੀ ਉੱਥੇ ਬੜੀ ਹੈ, ਫਿਰ ਦੁਬਾਰਾ ਸ਼ੁਰੂ ਕੀਤਾ ਨੈਸਰੀ ਐਲਕੇਜੀ ਤੋਂ ਸ਼ੁਰੂ ਕੀਤਾ ਸੀ ਕੰਗਰ ਕਰ। ਇਹ ਹੈ ਪ੍ਰੋਪਰ ਰਾਜਸਥਾਨ ਦਾ ਕਲਚਰ, ਜੈਸਲਮੇਰ ਸਾਈਡ ਆਇਓ ਜੀ, ਇਹ ਘਰ ਤੁਹਾਨੂੰ ਬਹੁਤ ਨਜ਼ਰ ਆਉਣਗੇ, ਅਤੇ ਬਾਈ ਦਾ ਸਕੂਲ ਇੱਥੋਂ ਮੈਨੂੰ ਲੱਗਦਾ ਦਿਖਦਾ ਕਿ ਨਹੀਂ, ਹੁਣ ਪੱਕੇ ਵੀ ਪਾ ਲਿਆ ਉਹ ਸਾਹਮਣੇ, ਤੁਹਾਨੂੰ ਪਤਾ ਨਹੀਂ ਵਿਊ ਆ ਰਿਹਾ ਹੋਣਾ ਕਿ ਨਹੀਂ ਆ ਰਿਹਾ, ਚਲੀਏ ਉਹ ਹੈ, ਦੇਖੋ ਦੇਖ ਗਿਆ ਹੁਣ, ਇੱਥੋਂ ਮੈਂ ਤੁਹਾਨੂੰ ਜ਼ੂਮ ਕਰ ਲੈਣਾ ਥੋੜ੍ਹੀ ਜਿਹੀ ਵੀਡੀਓ, ਉਹ ਬਿਲਡਿੰਗ ਸਕੂਲ ਦੀ ਬਿਲਡਿੰਗ ਹੈ, ਠੀਕ ਹੈ, ਲੱਗੇ ਜੇ ਕੰਟੀਨਿਊ ਚੱਲਦੇ ਹਾਂ, ਪੁਰਾਣੇ ਘਰ ਮੱਡ ਹਾਊਸ ਵੱਢ ਦਾਂਗੇ ਨਾ ਧੱਕੇ, ਤੇਰਾ ਜਿਹੜਾ ਜ਼ਿੰਦਗੀ ਦਾ ਪਾਰਟ 2 ਸਟਾਰਟ ਹੋਇਆ ਨਾ, ਪਹਿਲਾਂ ਖੁਸ਼ਹਾਲੀ ਹੋਏ ਅੰਦਰ, ਫਿਰ ਹਰਿਆਲੀ ਹੈ, ਬਾਅਦ 'ਚ ਹੋਊਗਾ ਸੁੱਕਾ ਦਾ, ਸਾਡੇ ਤਾਂ ਆਫਿਸ 'ਚ ਜੀ ਨਹੀਂ ਲੱਗਿਆ ਕਰਨਾ, ਮੈਂ ਜਾਣਦਾ ਨਹੀਂ ਕਰਦਾ, ਦੇਖੋ ਹੁਣ ਨਵਾਂ ਅੱਜ ਕਿੰਨੀ ਹੁੰਦਾ ਜੀ, ਕਿੰਨੇ ਦਿਨ ਰਹਿ ਗਏ ਹੁਣ ਜਾਣ, ਕੈਲੰਡਰ ਲਾ ਲਿਆ ਬਾਈ ਨੇ ਨਵਾਂ ਵੀ, ਕਿੰਨੇ ਦਿਨਾਂ ਬਾਅਦ ਜਾਣਾ, ਕਿੰਨੇ ਦਿਨ ਰਹਿ ਗਏ, 13 ਦਿਨ ਰਹਿ ਗਏ ਹੁਣ, ਦੇਖੋ ਕੱਲਾ ਕੱਲਾ ਮਿੰਟ ਯਾਦ ਹੈ ਬਾਈ ਨੂੰ, ਹੁਣ ਦੇਖ ਸਕਦੇ ਹੋ ਜਿਹੜੇ ਮਤਲਬ ਰਾਜਸਥਾਨ ਤੋਂ ਇਲਾਵਾ ਲੱਗ ਰਹੇ ਹੋਣਗੇ ਪਹਾੜੀ ਏਰੀਏ 'ਚ ਆ ਗਏ, ਪਰ ਇਹ ਸਭ ਟੀਲੇ ਹੈਗੇ, ਤੁਹਾਨੂੰ ਮੈਂ ਦੂਰ ਤੋਂ ਵਿਊ ਦਿਖਾ ਰਿਹਾ, ਜਿਹੜਾ ਬੰਦਾ ਵੇਖਦਾ ਇੱਥੇ ਨਾ, ਬੰਦੇ ਦੀ ਜਾਤ, ਤੋਂ ਆ ਥਰੈਸਾਂ ਨਾਲ ਤੁਸੀਂ ਵੇਖ ਰਹੇ ਹੋ ਕੁਆਰਾ ਕੱਢ ਰਹੇ ਹੈ, ਹੁਣ ਅਸੀਂ ਜਾ ਰਹੇ ਹਾਂ ਖੇਤ ਵੱਲ, ਜਿੱਥੋਂ ਤੁਸੀਂ ਵੇਖ ਰਹੇ ਹੋ ਇਹ ਸਾਰੇ ਅਮਨ ਦਾ ਖੇਤ ਆ ਪੂਰਾ ਪੂਰਾ,
ਉਸ ਤੇ ਲਈ ਕਿੰਨਾ ਕਿੰਨਾ ਖੇਤ ਹੈ ਮੈਂ ਤਾਂ ਦੱਸਦਾ ਵੀ ਇਹ ਤਾਂ ਜਿੰਨਾ ਦੇ ਤੋਂ ਵੇਖੀਆਂ ਨੇ ਤੁਸੀਂ ਸਾਰਾ ਇਹ ਆ ਸਾਰਾ ਇਹਨਾਂ ਦੇ ਹੀ ਹੈ ਇੱਕ ਮਰੱਬਾ ਬਹੁਤ ਹੁੰਦਾ ਹੈਗਾ ਆ ਕੁਟੀਆ ਵੀ ਇਹਨਾਂ ਦੀ ਹੈ ਕੁਟੀਆ 56 ਲੱਗਿਆ ਅਥੈਂਟੀਕੇਸ਼ਨ ਦੇਖੋ ਤੁਸੀਂ ਆਪਾਂ ਜਮਾਂ ਹੀ ਦਿੱਤਾ ਬਹੁਤ ਜੱਦੀ ਜਾ ਰਹੀ ਹੈ ਛਣ ਛਣ ਕੇ ਅਸੀਂ ਡਿਸਕਸ ਕਰੋ ਤੁਸੀਂ ਡਿਸਕਸ ਕਾਦੀ ਕਰੀ ਬਾਈ ਦੀ ਹਾਈਟ ਦੇਖੋ ਕਿੰਡੀ ਬੰਦੇ ਨੇ ਤਾਂ ਕਰਕੇ ਮੂੰਹ ਕਰਕੇ ਗੱਲ ਕਰਨੀ ਪੈਂਦੀ ਹੈ ਤੇਰੀ 6.5 ਜੀ ਹੈਗੇ ਬੋਲ ਬੁੱਲ ਜਿਹੜਾ ਕਹਿ ਰਿਹਾ ਨਾ ਬੁੱਲ ਰੈੱਡ ਬੁੱਲ ਇਹ ਰੈੱਡ ਬੁੱਲ ਤਾਂ ਫਿਰ ਦੇਖੀ ਪਿੰਕ ਬੁੱਲ ਬਣ ਜਾਊਗਾ ਉਹ ਅੰਕਲ ਕਹਿੰਦੇ ਕੀ ਸਟਾਰਟ ਕਰਨਾ ਇਹਦਾ ਮੋਟਰ ਸਟਾਰਟ ਕਰਨੀ ਹੈ ਨਾ ਸਮਰਸੀਬਲ ਹੁੰਦਾ ਜਿਹੜਾ ਥੱਲੜਾ ये देखिए इसमें आप नहा भी सकते हो पंजाबी ਦੀ ਗੱਲ ਕਰ ਰਿਹਾ ਨਹੀਂ ਉਹ ਹਿੰਦੀ ਵਾਲੇ ਵੀ ਹੁੰਦੇ ਆ ਯਾਰ ਰਾਤ ਨੂੰ ਨਾ ਸਭ ਤੋਂ ਦਿੱਕਤ ਇਹ ਵੀ ਹੈ ਕੰਡੇ ਲੱਗਦੇ ਆ ਨੇੜੇ ਪੈਰਾਂ ਦੇ वैसे अमन नु एक चलाना आंदा तो नहीं है पर एक कोशिश कर रहा है ये कमाते हैं ने कमाते 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 ते मित्रों असी टिब्बियां च पानी दी खोज कर ली है ते आ देखो पानी आ गया ਤੁਸੀਂ ਇੱਥੇ ਨਹਾ ਵੀ ਸਕਦੇ ਹੋ ਪੂਰਾ ਇੰਜੋਇਮੈਂਟ ਲੈ ਸਕਦੇ ਹੋ ਸੋ ਹੁਣ ਅਸੀਂ ਥੋੜ੍ਹੀ ਦੇਰ ਸੋਚਿਆ ਜੀ ਛਾਵੇਂ ਬਹਿ ਜਾਈਏ ਤਾਂ ਸੂਰਜ ਤੇ ਅਮਨ ਮੰਜਾ ਲੈ ਕੇ ਆ ਰਿਹਾ ਦੇਖੋ ਅਤੇ ਉੱਧਰ ਫਸਲ ਨਿਕਲ ਰਹੀ ਹੈ ਅੱਜ ਕੱਲ੍ਹ ਟੈਕਨੀਕਲ ਚੀਜ਼ਾਂ ਆ ਗਈਆਂ ਤਾਂ ਕਰਕੇ ਮਸ਼ੀਨਰੀ ਕੰਮ ਹੋ ਗਿਆ ਸਾਰਾ ਕੁਛ ਤਾਂ ਤੁਸੀਂ ਦੇਖ ਰਹੇ ਹੋ ਮੰਜਾ ਲੈ ਕੇ ਆ ਗਏ ਪੂਰੇ ਸਵਾਦ ਹੈ ਇੱਥੇ ਦੇਖੋ ਇੱਥੇ ਹਰਿਆਲੀ ਹੈ ਪਿੱਛੇ ਟਿੱਬੇ ਪੂਰੇ ਦੂਰ ਦੂਰ ਤੱਕ ਬਹੁਤ ਵੱਡਾ ਦੇਖ ਤਰ੍ਹਾਂ ਦਾ ਮੈਂ ਕਿਹੜਾ ਸੋਹਣਾ ਇੱਥੇ ਕੋਈ ਨਹੀਂ ਇਹਨੂੰ ਪਹਿਲਾਂ ਝਾੜ ਲਈਏ ਨਾ ਮੈਂ ਕਹਿੰਦਾ ਵਧੀਆ ਨਹੀਂ ਰਹੂਗਾ ਇਹ ਜਿੰਨਾ ਕਿਹਦੇ 'ਚ ਐਂ ਤੂੰ ਲੱਤਾਂ ਨਹੀਂ ਮਾਰਨੀਆਂ ਕਿਤੇ ਪਾਰ ਆਰ ਹੋ ਜੇ ਬਾਅਦ 'ਚ ਦੋਹਣੀ ਮੇਮਨੇ ਨੂੰ ਗੱਡੀ ਦੇਖ ਗਈ ਦੇਖੋ ਮੇਮਨਾ ਕਿੱਥੇ ਫਿਰਦਾ ਸੋ ਹੁਣ ਅਸੀਂ ਥੋੜ੍ਹਾ ਜਿਹਾ ਸਾਗ ਤੋੜਨ ਲੱਗੇ ਸੀਗੇ ਚਲਕ ਸਰੋਂ ਦੇ ਫੁੱਲਾਂ ਦੀ ਵੀ ਦਿਖਾ ਦੀ ਮੈਂ ਕਿਹਾ ਜਦੋਂ ਅਣਜਾਣ ਬੰਦੇ ਸਾਗ ਤੋੜਨ ਲੱਗ ਜਾਂਦੇ ਕੋਈ ਇੱਦਾਂ ਹੁੰਦਾ ਵੀ ਉਹ ਇੱਕ ਸਰੋਂ ਦੇ ਫੁੱਲ ਤੋੜੀ ਜਾਂਦਾ ਇੱਕ ਪੱਤੇ ਸਹੀ ਤੋੜਦੇ ਮੈਂ ਮੈਨੂੰ ਵੀ ਪੂਰਾ ਨੌਲੇਜ ਤਾਂ ਨਹੀਂ ਪਰ ਮੈਂ ਵੇਖਿਆ ਨਾ ਵੀ ਸਰੋਂ ਘੱਟ ਹੀ ਆਉਂਦੀ ਹੈ ਤਾਂ ਸਰੋਂ ਦੇ ਫੁੱਲ ਨਹੀਂ ਹੁੰਦੇ ਨਾਲ ਦੇ ਤੁਸੀਂ ਦੱਸੋ ਸਾਗ ਕਿਵੇਂ ਤੋੜਦੇ ਸਾਨੂੰ ਵੀ ਦੱਸ ਦਿਉ ਇੱਕ ਗੱਲ ਹੋਰ ਹੈ ਆਹ ਗੱਡੀ ਵਿਕਾਊ ਹੈ ਸ਼ੈਰੋਲੈਟ ਦੀ 2024 ਤੱਕ ਰਜਿਸਟ੍ਰੇਸ਼ਨ ਹੈ ਇਹਦਾ ਬੀਮਾ ਹੈਗਾ ਇਹਦਾ ਪੂਰਾ ਬਾਕੀ ਓਵਰਆਲ ਗੁੱਡ ਹੈ ਪੈਟਰੋਲ ਤਾਂ ਹੈਗੀ ਹੈ ਜੇ ਕੋਈ ਬੰਦਾ ਇੱਛੁਕ ਹੋਵੇ ਲੈਣ ਵਾਸਤੇ ਇਹ ਲਾਵਾ ਕਰਕੇ ਕੋਈ ਹੈਗਾ ਮਾਡਲ ਸੋ ਹੁਣ ਅਸੀਂ ਘਰੇ ਜਾ ਰਹੇ ਸੀਗੇ ਅੱਜ ਗੁਬਾਰਾ ਲੈ ਕੇ ਨਹੀਂ ਜਾਣਾ ਹੈਗਾ ਉਹਨਾਂ ਨੇ ਕਿਹਾ ਵੀ ਕੱਲ੍ਹ ਹੀ ਜਾਣ 'ਚ ਫਾਇਦਾ ਹੁਣ ਮੰਡੀ 'ਚ ਕੋਈ ਹੋਣਾ ਤਾਂ ਹੈ ਨਹੀਂ ਰਾਤ ਉੱਥੇ ਰੁਕਣਾ ਕੋਈ ਫਾਇਦਾ ਹੈ ਨਹੀਂ ਉਹਦਾ ਕੋਈ ਮਤਲਬ ਵਾਲੀ ਗੱਲ ਨਹੀਂ ਬੈਗ 'ਚ ਪਾ ਲਿਆ ਸਾਗ ਤੋੜ ਕੇ ਬੈਗ 'ਚ ਪਾ ਲਿਆ ਅਮਨ ਨੇ ਅਤੇ ਅਮਨ ਆਫਿਸ ਵਰਕ 'ਚ ਬਿਜ਼ੀ ਆਉਣਾ ਅੱਗੇ ਦੇਖ ਲੈ ਕੇ ਅੱਗੇ ਜ਼ਰੂਰੀ ਕਿਤੇ ਬਾਅਦ 'ਚ ਵੇਖਣ ਜੋਗੀ ਨਾ ਰਹੀ ਆਪਾਂ ਵੀਡੀਓ ਵੇਖਣ ਲੋਕ ਵੀ ਹੈ ਲਾਸਟ ਸੋ ਹੁਣ ਫਾਈਨਲੀ ਅਸੀਂ ਘਰੇ ਜਾ ਰਹੇ ਹਾਂ ਅਤੇ ਗੁਬਾਰਾ ਗੁਬਾਰਾ ਕੱਢ ਲਿਆ ਪਰ ਮੰਡੀ ਨਹੀਂ ਜਾ ਪਾਵਾਂਗੇ ਕਿਉਂਕਿ ਸ਼ਾਮ ਬਹੁਤ ਹੋ ਗਈ ਹੈ 5 ਵੱਜਣ ਵਾਲੇ ਹੈ ਬੋਲੀ ਹੁਣ ਕੱਲ੍ਹ ਹੀ ਲੱਗੂਗੀ ਬੋਲੀ ਕੱਲ੍ਹ ਲੱਗੂਗੀ ਅੱਜ ਦੀ ਬੋਲੀ ਹੋ ਚੁੱਕੀ ਹੈ ਹੁਣ ਰਾਤ ਨੂੰ ਰੁਕਣਾ ਪੈਣਾ ਉੱਥੇ ਜਾਂ ਅੱਜ ਲੈ ਕੇ ਜਾਈਏ ਅਮਨ ਬੀਜੀ ਆਫਿਸ ਵਰਕ 'ਚ ਆਉਂਦੇ ਜਾਂ ਸਾਗ ਸੂਗ ਤੋੜ ਲਿਆ ਹਾਂ ਸਾਰਾ ਕੁਛ ਹੋ ਰਿਹਾ ਹੈਗਾ ਬਾਈ ਕੇ ਸੀ ਸੀ ਕਰੀ ਜਾਂਦਾ ਕਿਸੇ ਨੇ ਔਨਲਾਈਨ ਵੀ ਕੁਛ ਗਾਈਸ ਹੁਣ ਅਸੀਂ ਘਰ ਪਹੁੰਚਣ ਵਾਲੇ ਹਾਂ ਥੋੜ੍ਹਾ ਜਿਹਾ ਟੈਕਨੀਕਲ ਇਸ਼ੂ ਦੇ ਕਾਰਨ ਅਸੀਂ ਵਲੋਗ ਨਹੀਂ ਬਣਾ ਪਏ ਟੈਕਨੀਕਲ ਇਸ਼ੂ ਇਹ ਸੀਗਾ ਵੀ ਬਾਈ ਕੋਈ ਔਨਲਾਈਨ ਕੰਮ ਕਰ ਰਿਹਾ ਸੀ ਆਪਦਾ ਫੋਨ 'ਤੇ ਤਾਂ ਕਰਕੇ ਵਲੋਗ ਨਹੀਂ ਬਣਾ ਪਾ ਰਹੇ ਸੀਗੇ ਤਾਂ ਹੋਪ ਤੁਸੀਂ ਇਹ ਵਲੋਗ ਨੂੰ ਇੰਜੋਏ ਕਰੋਗੇ ਪਿੱਛੇ ਜਿੰਨਾ ਵੀ ਕੰਟੈਂਟ ਤੁਸੀਂ ਪਾਇਆ ਇਸ ਵੀਡੀਓ ਦੇ ਅੰਦਰ ਗੰਦ ਪਾਇਆ ਜੋ ਵੀ ਮੰਨਣਾ ਤੁਹਾਡਾ ਇੰਟਰਟੇਨਮੈਂਟ ਹੋ ਸਕਦਾ ਹਾਂ ਟਾਈਮ ਪਾਸ ਵਧੀਆ ਹੋ ਜਾਊਗਾ ਤਾਂ ਕਰਕੇ ਅਸੀਂ ਤਾਂ ਹੀ ਵਲੋਗ ਬਣਾ ਰਹੇ ਹਾਂ ਕੋਈ ਦਿੱਕਤ ਵਾਲੀ ਗੱਲ ਨਹੀਂ ਸੋ ਅਗਰ ਜੇ ਵਲੋਗ ਵਧੀਆ ਲੱਗੇ ਤਾਂ ਫਿਰ ਇੱਕ ਵਾਰ ਲਾਈਕ ਕਮੈਂਟ ਕਰ
जो मर्जी पर कमेंट से जड़ा कुछ करना व्हाट्सएप दे और सॉरी यूट्यूब दे ऊपर व्हाट्सएप पे भी। चलो फिर मिलते हैं नेक्स्ट ब्लॉग के अंदर जल्दी।